ਸਾਡੇ ਸਾਥੀ ਡਾਕਟਰ ਡਾਕਟਰ ਸਿਮਲ ਗਿੱਲ, ਇਹਨਾਂ ਦੀ ਰਾਤ ਦੀ ਡਿਊਟੀ ਸੀਗੀ ਔਰ ਤਕਰੀਬਨ 10:30 ਇੱਕ ਤੇਜ਼ ਰਫ਼ਤਾਰ ਨਾਲ ਗੱਡੀ ਆਉਂਦੀ ਆ ਔਰ ਬਹੁਤ ਹੀ ਗਲਤ ਤਰੀਕੇ ਨਾਲ ਉਹ ਡਰਾਈਵ ਕਰ ਰਿਹਾ ਸੀਗਾ ਔਰ ਉਹਨੇ ਗੱਡੀ ਪਾਰਕਿੰਗ ਸਾਈਡ 'ਤੇ ਜਿੱਥੇ ਲਾਉਣੀ ਚਾਹੀਦੀ ਸੀਗੀ ਉਹ ਤੋਂ ਬਜਾਏ ਉਹਨੇ ਪਿੱਛੇ ਜਿੱਥੇ ਜਨਰੇਟਰ ਪਿਆ ਸੀਗਾ ਜੋ ਕਿ ਬਹੁਤ ਹੀ ਹੋਸਪਿਟਲ ਦੇ ਪਿੱਛੇ ਵਾਲੀ ਜਗ੍ਹਾ ਹੈਗਾ ਉੱਥੇ ਗੱਡੀ ਲਾਈ। ਜਦੋਂ ਉਹਨੂੰ ਦੱਸਿਆ ਵੀ ਤੂੰ ਗਲਤ ਇਹ ਤੇਰਾ ਤਰੀਕਾ ਹੈਗਾ, ਬਹੁਤ ਹੀ ਗੱਡੀ ਤੂੰ ਡਰਾਈਵ ਜਿਹੜੀ ਕੀਤੀ ਹੈਗੀ ਬਹੁਤ ਗਲਤ ਤਰੀਕੇ ਨਾਲ ਕੀਤੀ ਹੈਗੀ ਆ, ਵੀ ਤੂੰ ਇਸ ਤਰ੍ਹਾਂ ਨਾ ਕਰ, ਤਾਂ ਡਾਕਟਰ ਸਿਮਲ ਗਿੱਲ ਨੂੰ ਉਹ ਬੰਦਾ ਹੱਥੋਂ ਪਾਈ ਕੀਤੀ ਉਹਨੇ, ਗਾਲੀ ਗਲੋਚ ਕੀਤਾ ਹੈਗਾ ਅਤੇ ਘਸੋਣ ਮੁੱਕੇ ਜੋ ਵੀ ਉਹਨੇ ਕਰ ਸਕਦਾ ਕੀਤਾ ਔਰ ਇਸ ਨੂੰ ਅਸੀਂ ਕੰਡੈਮ ਕਰਦੇ ਹਾਂ ਇਸ ਚੀਜ਼ ਨੂੰ, ਅਤੇ ਹੋਸਪਿਟਲ ਦੀ ਓਪੀਡੀ ਬੰਦ ਕਰਕੇ ਅੱਜ ਅਸੀਂ ਪੁਲਿਸ ਸਟੇਸ਼ਨ FIR ਦਰਜ ਕਰਾਉਣਾ ਹੈ। FIR ਪੁਲਿਸ ਸਟੇਸ਼ਨ ਵੱਲੋਂ ਦਰਜ ਹੋ ਗਈ ਹੈ ਔਰ ਸਾਡੀ ਤਸੱਲੀ ਆ, ਹੁਣ ਅਸੀਂ ਅੱਗੇ ਆਸ ਕਰਦੇ ਹਾਂ ਕਿ ਪੁਲਿਸ ਅੱਗੇ ਕੀ ਕਾਰਵਾਈ ਕਰਦੀ। ਤੁਸੀਂ ਜਿਸ ਤਰ੍ਹਾਂ ਮੈਂ ਪਹਿਲਾਂ ਮੈਂ ਉਹਨਾਂ ਨੂੰ ਪੁੱਛਿਆ ਹੈ ਕਿ ਜਿਸ ਤਰ੍ਹਾਂ ਅੱਜ ਕੱਲ੍ਹ ਇਹ ਪਿਛਲੀ ਇੱਕ 2 ਹਫ਼ਤੇ ਪਹਿਲਾਂ ਇਹ ਚੱਲਿਆ ਕਿ ਡਾਕਟਰਾਂ ਦੀ ਸੁਰੱਖਿਆ ਜਿਹੜੀ ਉਹ ਨਹੀਂ ਹੈ, ਡਾਕਟਰ ਲਾਈਨ ਜਿਹੜੀ ਆ ਸੁਰੱਖਿਅਤ ਨਹੀਂ ਹੈ। ਜਿਸ ਤਰ੍ਹਾਂ ਤੁਸੀਂ ਡਾਕਟਰ ਸਿਮਰ ਦੀ ਗੱਲ ਕਰਦੇ ਹੋ ਕਿ ਰਾਤ ਨੂੰ ਉਹ ਇਕੱਲੇ ਸੀ, ਮਤਲਬ ਇਕੱਲੇ, ਹੁਣ ਤਾਂ ਲੇਡੀ ਡਾਕਟਰ ਵੀ ਰਾਤ ਨੂੰ ਇਕੱਲੇ ਹੁੰਦੇ ਆ, ਇਹਦੇ ਬਾਰੇ ਕੀ ਕਹਿਣਾ ਚਾਹੁੰਦੇ? ਦੇਖੋ, ਮੈਂ ਤਾਂ ਪੁਲਿਸ ਪ੍ਰਸ਼ਾਸਨ ਪੰਜਾਬ ਸਰਕਾਰ ਤੋਂ ਮੰਗ ਕਰਦਾ ਹੈਗਾ ਕਿ ਤੁਸੀਂ ਡਾਕਟਰ ਦੀ ਸਿਕਿਉਰਿਟੀ ਕਿੱਥੇ ਰੱਖੀ ਆ? ਕੁਛ ਵੀ ਹੋ ਸਕਦਾ, ਜੇ ਉਸ ਬੰਦੇ ਕੋਲ ਤੇਜ਼ ਧਾਰ ਹਥਿਆਰ ਹੁੰਦਾ ਤਾਂ ਕੁਛ ਵੀ ਕਰ ਸਕਦਾ ਜੀ। ਦੂਜੇ ਸਾਡੇ ਲੇਡੀ ਡਾਕਟਰ ਹੈਗੇ ਆ, ਜੇ ਉਹਨਾਂ ਨਾਲ ਕੋਈ ਮਿਸਐਫ ਹੁੰਦਾ ਹੈਗਾ, ਪੁਰਾਣੀਆਂ ਤੁਸੀਂ ਖਬਰਾਂ ਦੇਖੋ ਕੀ ਹੋਇਆ ਹੈਗਾ ਕੋਲਕਾਤਾ 'ਚ ਕੀ ਹੋਇਆ ਹੈਗਾ। ਸੋ ਪੰਜਾਬ ਸਰਕਾਰ ਅੱਗੇ ਮੇਰੀ ਗੁਜ਼ਾਰਿਸ਼ ਹੈਗਾ, ਪਲੀਜ਼ ਡਾਕਟਰ ਦੀ ਸਿਕਿਉਰਿਟੀ ਨੂੰ ਨਿਸ਼ਚਿਤ ਕੀਤਾ ਜਾਵੇ। ਬਹੁਤ ਮੰਦਭਾਗੀ ਘਟਨਾ ਹੈ ਜੀ, ਇਹ ਪਿਛਲੀਆਂ ਘਟਨਾਵਾਂ ਦੀ ਲੜੀ ਦਾ ਹੀ ਇੱਕ ਹੋਰ ਕੇਸ ਹੈ। ਮੇਰੀ ਚਿੰਤਾ ਦਾ ਵਿਸ਼ਾ ਇਹ ਹੈ ਕਿ ਸਾਡੇ ਲੇਡੀ ਸਟਾਫ ਹੁੰਦੇ ਆ, ਸਟਾਫ ਨਰਸਿਸ ਹੈ, ਡਾਕਟਰ ਸਾਹਿਬਾਨ ਨੇ ਰਾਤ ਵੇਲੇ ਡਿਊਟੀ ਆਪਣੀ ਤਨਦੇਹੀ ਨਾਲ ਕਰਦੇ ਨੇ, ਉਹਨਾਂ ਦੀ ਸੁਰੱਖਿਆ ਬਾਰੇ ਸਰਕਾਰ ਨੂੰ ਸੋਚਣਾ ਚਾਹੀਦਾ, ਕੋਈ ਠੋਸ ਕਦਮ ਚੁੱਕਣੇ ਚਾਹੀਦੇ ਨੇ। ਅਸੀਂ ਮੰਗ ਕਰਦੇ ਹਾਂ ਕਿ ਸਾਡੇ ਹੋਸਪਿਟਲ ਦੇ ਵਿੱਚ, ਸਾਡੇ ਹੋਸਪਿਟਲ ਹਰ ਡਿਸਪੈਂਸਰੀ ਵਿੱਚ ਸੁਰੱਖਿਆ ਜਿਹੜੀ ਹੈ ਉਹਦੀ ਗਰੰਟੀ ਦਿੱਤੀ ਜਾਵੇ, ਤਾਂ ਕਿ ਅਸੀਂ ਨਿਰਭੈ ਹੋ ਕੇ ਆਪਣੀ ਡਿਊਟੀ ਦੇ ਸਕੀਏ ਅਤੇ ਪਬਲਿਕ ਦਾ ਫਾਇਦਾ ਹੋ ਸਕੇ। ਦੂਜਾ, ਪਬਲਿਕ ਅੱਗੇ ਵੀ ਸਾਡੀ ਹੱਥ ਜੋੜ ਕੇ ਬੇਨਤੀ ਹੈ ਕਿ ਅਸੀਂ ਤੁਹਾਡੇ ਹੀ ਬੱਚੇ ਹਾਂ, ਤੁਹਾਡੀ ਸੇਵਾ ਵਾਸਤੇ ਸਮਰਪਿਤ ਹਾਂ, ਠੀਕ ਹੈ। ਸਾਡੇ ਨਾਲ ਉਹੀ ਰਿਸ਼ਤਾ ਹੋਣਾ ਚਾਹੀਦਾ ਜੋ ਤੁਹਾਡਾ ਆਪਣੇ ਬੱਚਿਆਂ ਨਾਲ ਹੈ, ਭਾਵੇਂ ਸਾਡੀ ਲੇਡੀ ਡਾਕਟਰ ਹੈ, ਭਾਵੇਂ ਸਾਡੇ ਜੈਂਟਸ ਡਾਕਟਰ ਹੈ, ਭਾਵੇਂ ਸਾਡਾ PN ਹੈ, ਭਾਵੇਂ ਸਾਡੇ SMO ਸਾਹਿਬਾਨ ਹੈ, ਸਭ ਦੀ ਇੱਜ਼ਤ ਹੋਣੀ ਚਾਹੀਦੀ ਹੈ। ਅਸੀਂ ਤੁਹਾਡੀ ਪੂਰੀ ਇੱਜ਼ਤ ਕਰਦੇ ਹਾਂ, ਪੂਰੀ ਤਨਦੇਹੀ ਨਾਲ ਸੇਵਾ ਕਰ ਰਹੇ ਹਾਂ। ਪੰਜਾਬ ਸਰਕਾਰ ਨੂੰ ਸਾਡੀ ਗੁਜ਼ਾਰਿਸ਼ ਹੈ ਕਿ ਸੁਰੱਖਿਆ ਦਾ ਮੁੱਦਾ ਜੋ ਲਟਕਦਾ ਆ ਰਿਹਾ ਕਾਫੀ ਸਮੇਂ ਤੋਂ, ਇਸ ਨੂੰ ਤੁਰੰਤ ਹੱਲ ਕੀਤਾ ਜਾਵੇ, ਅਤੇ ਪੁਲਿਸ ਪ੍ਰਸ਼ਾਸਨ ਤੋਂ ਵੀ ਸਾਡੀ ਮੰਗ ਹੈ। ਅਸੀਂ FIR ਉਹਨਾਂ ਨੇ ਸਾਡੀ ਲੈ ਲਈ ਹੈ, ਅਸੀਂ ਉਹਨਾਂ ਦੇ ਕਾਫੀ ਮਸ਼ਗੂਲ ਹਾਂ, ਅਸੀਂ ਚਾਹੁੰਦੇ ਹਾਂ ਕਿ ਸਾਡਾ ਇਨਸਾਫ ਸਾਨੂੰ ਦਿੱਤਾ ਜਾਵੇ ਅਤੇ ਇਹਨਾਂ ਦੀਆਂ ਘਟਨਾਵਾਂ ਜਿਹੜੀਆਂ ਮੁੜ ਮੁੜ ਕੇ ਨਾ ਦੁਹਰਾਈਆਂ ਜਾ ਸਕਣ। ਇਹ ਰਾਤੀ ਸਾਨੂੰ ਸੂਚਨਾ ਮਿਲੀ ਸੀਗੀ ਜੀ, ਡਾਕਟਰ ਸਾਹਿਬ ਸੀਗੇ, ਡਾਕਟਰ ਸਿਮਰਨ ਗਿੱਲ, ਉਹ ਕਹਿੰਦੇ ਵੀ ਉਹ ਬੰਦਾ ਆ ਕੇ ਮੈਨੂੰ ਗਾਲੀ ਗਲੋਚ ਕੀਤਾ ਆ, ਮੇਰੇ 'ਤੇ ਹਮਲਾ ਕੀਤਾ ਆ, ਤਾਂ ਉਹ ਰਾਤੀ ਸਾਡੇ AC ਸਵਾਜ 'ਚ ਗਏ ਸੀਗੇ। ਉਹ ਡਾਕਟਰ ਸਾਹਿਬ ਦੱਸਿਆ ਵੀ ਕੋਈ ਸਾਈਡ ਦੇ ਲਾ ਗੱਡੀ ਖੜ੍ਹਾ ਸੀਗਾ ਮੁੰਡਾ, ਅਸੀਂ ਇਹਨੂੰ ਪੁੱਛਿਆ ਵੀ ਤੂੰ ਉੱਥੇ ਕਿਉਂ ਖੜ੍ਹਾ, ਲਾਲਾ ਗੱਡੀ ਪਾਰਕ ਦੇ ਵਿੱਚ ਲਾਲਾ, ਤਾਂ ਉਹ ਇੰਨੇ ਦੇ ਵਿੱਚ ਜਿਹੜਾ ਤਲਖੀ 'ਚ ਆ ਗਏ, ਤਾਂ ਡਾਕਟਰ ਸਾਹਿਬ ਨੇ ਗਾਲੀ ਗਲੋਚ ਕੀਤਾ, ਡਾਕਟਰ ਸਾਹਿਬ ਕਹਿੰਦੇ ਮੇਰੇ ਮਤਲਬ ਮੈਨੂੰ ਲੜਾਈ ਝਗੜਾ ਵੀ ਕੀਤਾ ਆ, ਪਰ ਰਾਤੀ ਸਾਡੇ ਜਾਣ ਤੋਂ ਬਾਅਦ ਉਹ ਮੁੰਡਾ ਚਲਾ ਗਿਆ ਸੀ, ਵੈਰੀਫਾਈ ਨਹੀਂ ਹੋ ਸਕਿਆ ਸੀਗਾ। ਸਵੇਰੇ ਅਸੀਂ ਵੈਰੀਫਾਈ ਕਰਕੇ ਕਿ ਮੁੰਡਾ ਮਨੀਸ਼ ਆ ਇੱਥੋਂ ਦਾ ਮਗੰਦਪੁਰ ਦਾ, ਉਹਨੂੰ ਅਸੀਂ ਬੁਲਾ ਲਿਆ ਆ, ਹੋਸਪਿਟਲ ਸਟਾਫ ਵੀ ਆ ਗਿਆ ਸਾਡੇ ਕੋਲ, ਤਾਂ ਪਹਿਲਾਂ ਮੈਂ ਗਿਆ ਹੋਇਆ ਸੀਗਾ ਖੇਡਾਂ ਵਤਨ ਪੰਜਾਬ ਸਾਡੇ ਚੱਲ ਰਹੀ ਆ, ਉੱਧਰ ਗਿਆ ਸੀਗਾ ਮੈਂ, ਹੁਣ ਹਾਜ਼ਰੀ ਹਾਂ, ਮੈਂ ਦੋਨਾਂ ਤਰ੍ਹਾਂ ਦੀ ਗੱਲ ਸੁਣ ਕੇ ਦੇਖਦੇ ਹਾਂ ਕੀ ਅਸਲ ਦੇ ਵਿੱਚ ਹੋਇਆ ਕੀ ਹੈ, ਰਾਤੀ ਬੈਠ ਗੱਲਬਾਤ ਕਰਦੇ ਰਹਿਣਾ, ਜੇ ਕੋਈ ਕਾਰਵਾਈ ਬਣਦੀ ਹੋਈ ਤਾਂ ਕਰਾਂਗੇ ਜੀ।
देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर।